ਬਾਪੂ ਸਰਦਾਰ ਭੁਪਿੰਦਰ ਸਿੰਘ ਸਨ ਆਫ ਸਰਬਣ ਸਿੰਘ, ਬਾਪੂ ਜੀ ਨੂੰ ਅਸੀਂ ਸਨੇਤ ਪਿੰਡ ਤੋਂ ਲੈ ਕੇ ਆਏ ਸੀ ਅਤੇ ਅੱਜ ਬਾਪੂ ਜੀ ਦਾ ਪਰਿਵਾਰ ਮਿਲ ਗਿਆ। ਬਾਪੂ ਜੀ ਦਾ ਬੇਟਾ ਬਾਪੂ ਜੀ ਨੂੰ ਲੈਣਾ। ਬਾਈ ਹੁਣੀ ਦੱਸਦੇ ਅਗਰ ਜਗਦੀਪ ਹੁਣੀ ਵੀ ਜਦੋਂ ਇਹਨਾਂ ਦੇ ਪਿਤਾ ਜੀ ਦੀ ਡੈਥ ਹੋਈ ਨਾ, ਇਹਨਾਂ ਦੇ ਦਾਦਾ ਜੀ ਦੀ ਜਗਦੀਪ ਉਹਨਾਂ ਦੇ, ਉਦੋਂ ਬਾਅਦ ਬਾਪੂ ਟੈਨਸ਼ਨ ਲੈ ਗਏ, ਉਦੋਂ ਬਾਅਦ ਡਿਪਰੈਸ਼ਨ ਚਲੇ ਗਏ, ਡਿਮੈਂਸ਼ੀਆ ਹੋ ਗਿਆ, ਬਾਪੂ ਦੀ ਯਾਦਾਸ਼ਤ ਚਲੇ ਗਈ ਆ। ਨਾ ਬਾਪੂ, ਨਾ ਬਾਪੂ, ਨਾ, ਮੈਨੂੰ ਤਾਂ ਐਂ ਲੱਗਿਆ ਜਿਵੇਂ ਮੇਰਾ ਪਿਓ ਬੈਠਾ ਹੁੰਦਾ। ਮੇਰੇ ਬਾਪੂ ਦਾ ਨਾਂ ਜੋਗਿੰਦਰ ਸਿੰਘ ਸੀ, ਬਾਪੂ ਦਾ ਨਾਂ ਭੁਪਿੰਦਰ ਸਿੰਘ ਸੀ, ਹੈ ਨਾ। ਬਾਈ ਜੀ ਰਾਤ ਦੇ ਨਾ ਆਈ ਬਲਾਕ ਵਾਲੀ ਜਿਹੜੀ ਪਾਰਕ ਆ, ਜਿਹੜੀ ਆਪਣੀ ਸ਼ਮਸ਼ਾਨ ਘਾਟ ਆ ਪਿੰਡ ਸਨੇਤ ਦੀ, ਹਾਂਜੀ ਹਾਂਜੀ, ਤੇ ਉਹਦੇ ਕੋਲੇ ਪਾਰਕ ਆਈ ਬਲਾਕ ਦੀ, ਰਾਤ ਦੇ ਬਜ਼ੁਰਗ ਉੱਥੇ ਬੈਠੇ ਨੇ, ਪਰ ਆਪਦਾ ਤਾਂ ਪਤਾ ਕੁਛ ਦੱਸ ਨਹੀਂ ਰਹੇ ਆਪਣਾ ਉਹ ਡੇਟ ਪੰਪ ਪਾਰਕ ਜਿਹੜਾ। ਹਾਂਜੀ ਹਾਂਜੀ, ਕਦੇ ਕਹਿ ਦਿੰਦੇ ਨੇ ਜਗਰਾਉਂ ਤੋਂ ਆਏ ਆ, ਕਦੇ ਕਹਿੰਦੇ ਆਹੀ ਮੇਰਾ ਘਰ ਆ। ਅੱਛਾ। ਤੇ ਰਾਤ ਤਾਂ ਇਹਨਾਂ ਨੂੰ ਅਸੀਂ ਗਦੈਲਾ ਕੰਬਲ ਰੋਟੀ ਵਗੈਰਾ ਦੇਤੀ ਸੀ। ਅੱਛਾ ਜੀ। ਪਰ ਸਵੇਰੇ ਫੇਰ ਪਾਰਕ ਚੋਂ ਨਿਕਲ ਕੇ ਭੱਜ ਗਏ ਸੀ, ਹੁਣ ਅਸੀਂ ਫੇਰ ਅਸੀਂ ਰੱਖੇ ਹੋਏ ਨੇ ਫੜ ਕੇ। ਅੱਛਾ ਅੱਛਾ। ਵੀ ਕਿਤੇ ਐਵੇਂ ਟ੍ਰੈਫਿਕ ਦੇ ਵਿੱਚ ਕੋਈ ਫੇਟ ਫੂਟ ਨਾ ਮਾਰ ਜਾਵੇ। ਕੱਪੜੇ ਕੁਪੜੇ ਪਾਏ ਬਾਈ ਜੀ? ਨਹੀਂ, ਕੱਪੜੇ ਲਾ ਕੇ ਚਲੇ ਗਏ ਸੀਗੇ ਜੀ ਸਾਰੇ। ਅੱਛਾ ਅੱਛਾ। ਹੁਣ ਦੁਬਾਰਾ ਪਾਏ ਨੇ ਜੀ ਕੱਪੜੇ ਇਹਨਾਂ ਦੇ। ਦੁਬਾਰਾ ਪਾਏ। ਤੇ ਤੁਹਾਨੂੰ ਦਿਖਾ ਵੀ ਦਿੰਦੇ ਇਹਨਾਂ ਨੂੰ, ਤੇ ਅਸੀਂ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਕੀਤੀ ਆ ਬੇਨਤੀ ਵੀ ਛੇਤੀ ਤੋਂ ਛੇਤੀ ਇੱਕ ਐਂਬੂਲੈਂਸ ਭੇਜ ਦਿਓ ਤਾਂ ਜੋ ਇਹਨਾਂ ਦਾ ਸਮੇਂ ਸਿਰ ਇਲਾਜ ਕਰਾ ਸਕੀਏ। ਠੀਕ ਆ ਜੀ, ਹੈ ਨਾ, ਤੇ ਸਰਬੱਤ ਦਾ ਭਲਾ ਹੋ ਸਕੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਪੂ ਸਰਦਾਰ ਭੁਪਿੰਦਰ ਸਿੰਘ ਸਨ ਆਫ ਸਰਬਣ ਸਿੰਘ, ਤੁਸੀਂ ਦੇਖੀ ਸੀ ਬਾਪੂ ਜੀ ਦੀ ਵੀਡੀਓ। ਬਾਪੂ ਜੀ ਨੂੰ ਅਸੀਂ ਸਨੇਤ ਪਿੰਡ ਤੋਂ ਲੈ ਕੇ ਆਏ ਸੀ, ਸਨੇਤ ਪਿੰਡ ਦੇ ਪਾਰਕ ਦੇ ਵਿੱਚ ਬਾਪੂ ਜੀ ਬੈਠੇ ਸੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਪੁਰਬ ਵਾਲੇ ਦਿਨ। ਅਤੇ ਅੱਜ ਬਾਪੂ ਜੀ ਦਾ ਪਰਿਵਾਰ ਮਿਲ ਗਿਆ, ਬਾਪੂ ਜੀ ਦਾ ਬੇਟਾ ਬਾਪੂ ਜੀ ਨੂੰ ਲੈਣਾ, ਗੁਰਦੀਪ ਸਿੰਘ ਅਤੇ ਨੂੰਹ ਰਾਣੀ। ਭੈਣ ਤੁਹਾਡਾ ਕੀ ਨਾਂ? ਹਰਪ੍ਰੀਤ ਕੌਰ। ਅਤੇ ਪੋਤਾ ਬਾਪੂ ਦਾ, ਤੇਰਾ ਕੀ ਨਾਂ ਪੁੱਤ? ਗੁਰਵਿੰਦਰ ਸਿੰਘ। ਅਤੇ ਲੈਣ ਆਏ ਨੇ ਬਾਪੂ। ਆਹ ਕੌਣ ਆਇਆ ਪੈਰੀਆਂ ਥੱਲਾ ਬਾਪੂ ਦੇ? ਤੁਸੀਂ ਵੀ ਮਿਲੋ ਜੀ ਬਾਪੂ ਜੀ ਨੂੰ। ਰੋਣਾ ਨਹੀਂ ਬਾਪੂ, ਕੋਈ ਨਾ, ਮਨ ਨਾ ਹੌਲਾ ਕਰ, ਮਨ ਨਾ ਹੌਲਾ ਕਰ। ਮੂਲ ਨਾਲੋਂ ਵਿਆਜ ਪਿਆਰਾ ਹੈ। ਰੋਣਾ ਨਹੀਂ, ਰੋਣਾ ਨਹੀਂ ਗੱਦੀ, ਮਿਲ ਜੱਫੀ ਪਾ ਕੇ ਮਿਲ ਬਾਪੂ। ਨੂੰਹ ਦਾ ਸਿਰ ਪਲੋਸਦੇ ਬਾਪੂ, ਸਿਰ ਪਲੋਸਦੇ ਨੂੰਹ ਦਾ। ਬਾਈ ਹੁਣੀ ਦੱਸਦੇ ਅਗਰ ਜਗਦੀਪ ਹੁਣੀ ਵੀ ਜਦੋਂ ਇਹਨਾਂ ਦੇ ਪਿਤਾ ਜੀ ਦੀ ਡੈਥ ਹੋਈ ਨਾ, ਇਹਨਾਂ ਦੇ ਦਾਦਾ ਜੀ ਦੀ ਜਗਦੀਪ ਉਹਨਾਂ ਦੇ, ਉਦੋਂ ਬਾਅਦ ਬਾਪੂ ਟੈਨਸ਼ਨ ਲੈ ਗਏ, ਉਦੋਂ ਬਾਅਦ ਡਿਪਰੈਸ਼ਨ ਚਲੇ ਗਏ, ਡਿਮੈਂਸ਼ੀਆ ਹੋ ਗਿਆ, ਬਾਪੂ ਦੀ ਯਾਦਾਸ਼ਤ ਚਲੇ ਗਈ ਆ। ਹੁਣ ਯਾਦਾਸ਼ਤ ਇੰਨੀ ਜ਼ਿਆਦਾ ਚਲੀ ਗਈ ਹੈ, ਜਿਵੇਂ ਤੁਸੀਂ ਕੱਲ੍ਹ ਦੇਖਿਆ ਵੀਡੀਓ ਦੇ ਵਿੱਚ ਵੀ, ਬਾਪੂ ਜੀ ਆਪਣਾ ਐਡਰੈਸ ਹੀ ਨਹੀਂ ਦੱਸ ਪਾ ਰਹੇ। ਪੁਰਾਣਾ ਐਡਰੈਸ ਇਹਨਾਂ ਨੂੰ ਯਾਦ ਸੀ, ਜਗਰਾਉਂ ਦੇ ਆਏ ਪਿੱਛਿਓਂ, ਰਹਿੰਦੇ ਲੁਧਿਆਣੇ ਸ਼ਿਮਲਾਪੁਰੀ ਆ, ਦੱਸਦੇ ਸ਼ਿਮਲਾਪੁਰੀ ਦਾ ਵੀ ਐਡਰੈਸ ਸੀਗਾ, ਪਰ ਸਹੀ ਨਹੀਂ ਸੀ ਦੱਸ ਪਾਉਂਦੇ। ਫੋਨ ਨੰਬਰ ਜਾਂ ਜਿਹੜੇ ਦੱਸਦੇ ਸੀ ਉਹ ਵੀ ਨਹੀਂ ਸੀ ਸਹੀ, ਅਤੇ ਫਿਰ ਮੁਹੱਲੇ ਦਾ ਨਾਂ ਨਹੀਂ ਸੀ ਪੂਰਾ ਸਹੀ ਦੱਸ ਪਾ ਰਹੇ, ਅਤੇ ਫਿਰ ਆਪਣੇ ਬੱਚਿਆਂ ਦਾ ਨਾਮ ਨਹੀਂ ਸੀ ਪੂਰਾ ਸਹੀ ਦੱਸਦੇ। ਨਰਿੰਦਰ ਦੱਸ ਰਹੇ ਸੀਗੇ, ਜਗਦੀਪ ਸਿੰਘ ਇੱਕ ਦਾ ਨਾਂ, ਇੱਕ ਦਾ ਨਾਂ ਗੁਰਦੀਪ, ਰਜਿੰਦਰ, ਜਸਪਾਲ। ਜਸਪਾਲ ਕਿੰਨੇ ਭੈਣ ਭੈਣ ਭਰਾ? ਤਿੰਨ ਭਰਾ। ਤਿੰਨ ਭਰਾ, ਭੈਣ ਕੋਈ? ਤਿੰਨ ਪੁੱਤ ਨੇ ਬਾਪੂ ਦੇ। ਅੱਛਾ, ਇੱਥੇ ਮੁੱਲਾਪੁਰੀ ਹੈ ਕੱਪੜੇ ਦੁਕਾਨ? ਤਿੰਨੇ ਭਰਾ ਜੀ?
ਦਾਦਾ ਜੀ ਪਤਾ ਕਿੰਨਾ ਪਿਆਰ ਕਰਦੇ ਤੈਨੂੰ ਬਾਪੂ ਤੁਸੀਂ ਕਹਿੰਦੇ ਸੀ ਮੇਰੇ ਨਾਲ ਲੜ ਪਿਆ ਸੀ ਕੌਣ ਲੜ ਪਿਆ ਸੀ ਤੁਹਾਡੇ ਨਾਲ ਇੱਕ ਹੋਰ ਮੁੰਡਾ ਹੈ ਅੱਛਾ ਉਹ ਲੜ ਪਿਆ ਸੀ ਜਿਹੜਾ ਵਿਆਹਣ ਵਾਲਾ ਇਹ ਤਾਂ ਮੇਰੇ ਪੁੱਤ ਦੋ ਵਿਆਹ ਇਹ ਵਰਤ ਕਰਾ ਦਿੰਦੇ ਇਹਨਾਂ ਨੇ ਕਦੇ ਮੈਨੂੰ ਤੰਗ ਨਹੀਂ ਕੀਤਾ ਸ਼ਰਾਬ ਛੱਡਦੇ ਬਾਪੂ ਯਾਰ ਤੂੰ ਸ਼ਰਾਬ ਪੀਣੋ ਨੀ ਹਟਦਾ ਕਹਿੰਦੇ ਐਵੇਂ ਮਾਰੀ ਜਾਂਦੇ ਗੱਲ ਪਤਾ ਨੀ ਕਿਤੇ ਕਿੱਦਾਂ ਪੈ ਕੇ ਕਿਤੇ ਲਾ ਲਿਆ ਤੇ ਕਿਹੜਾ ਲੁੜਾ ਆ ਗਿਆ ਕਿਹੜਾ ਮੈਂ ਤੁਰਿਆ ਫਿਰਦਾ ਮੈਨੂੰ ਕਿਹੜੀ ਕਮਾਈ ਪਤਾ ਕੀ ਚੱਕਰ ਹੈ ਬਾਪੂ ਹਰ ਚੀਜ਼ ਉਮਰ ਦੇ ਹਿਸਾਬ ਨਾਲ ਸੁਣਦੀ ਹੈ ਬਾਪੂ ਹੁਣ ਉਮਰ ਦੇ ਹਿਸਾਬ ਨਾਲ ਇੱਕ ਤਾਂ ਤੂੰ ਬਿਮਾਰ ਆ ਤੇਰੀ ਯਾਦ ਆ ਤੇਰੀ ਤੈਨੂੰ ਪਤਾ ਨਾ ਤੇਰੀ ਯਾਦ ਸ਼ਕਤੀ ਘੱਟ ਗਈ ਹੈ ਪਹਿਲਾਂ ਨਾਲੋਂ ਭੁੱਲ ਜਾਂਦਾ ਤੂੰ ਯਾਦ ਸ਼ਕਤੀ ਹੈ ਨਹੀਂ ਨਾ ਹੁਣ ਫਿਰ ਇਸ ਕਰਕੇ ਹੁਣ ਛੱਡ ਦੇ ਕਿਉਂਕਿ ਜਿਹੜਾ ਪੀਂਦਾ ਰਿਹਾ ਤੂੰ ਘੋਟਾ ਭੰਗ ਉਹਨੇ ਦਿਮਾਗ ਦੀ ਖੁਸ਼ਕੀ ਕਰਨ ਕਰਕੇ ਦਿਮਾਗ ਦੀ ਸ਼ਕਤੀ ਘਟਾਤੀ ਹੈ ਯਾਦ ਸ਼ਕਤੀ ਉੱਡ ਗਈ ਹੈ ਤੇਰੀ ਹੁਣ ਤਾਂ ਨਹੀਂ ਪੀਂਦਾ ਘੋਟਾ ਉਹ ਤਾਂ ਕੁਛ ਵੀ ਨਹੀਂ ਪੀਂਦਾ ਹੁਣ ਤਾਂ ਰੋਟੀ ਪਾਣੀ ਖਾਣਗੇ ਇਹ ਦੱਸਦੇ ਨਾ ਵੀ ਘੋਟਾ ਵੀ ਪੀ ਲੈਂਦੇ ਰੋਟੀ ਬਣ ਜਿੰਨਾ ਮਰਜ਼ੀ ਖਾਵੇ ਅਸੀਂ ਰੋਕ ਦਿੰਦੇ ਜੋ ਚੀਜ਼ ਮੰਗਦਾ ਅਸੀਂ ਲਿਆ ਕੇ ਦਿੰਦੇ ਕਿਹੜੀ ਚੀਜ਼ ਨਹੀਂ ਸੀ ਦਿੰਦੇ ਮੇਰੇ ਕੋਲੇ ਰਹਿਣ ਮੈਂ ਕੀ ਕਰਾਂ ਫਿਰ ਇਹਨਾਂ ਨੂੰ ਕਿ ਮੇਰੇ ਕੋਲੇ ਰਹੋ ਅਸੀਂ ਤਾਂ ਕਹਿੰਦਾ ਸਾਡੇ ਕੋਲੇ ਰਹਿਦੇ ਜਾਂਦੇ ਆ ਜੀ ਹੁਣ ਇੱਕ ਉਧਰ ਮਕਾਨ ਬਾਈ ਤਿੰਨ ਪੁੱਤ ਆ ਤੇਰੇ ਬਾਪੂ ਗਾਡਰ ਵਾਲੇ ਇੱਕ ਬਾਈ ਛੋਟੇ ਭਾਈ ਦੇਖੋ ਤੁਹਾਨੂੰ ਤਿੰਨਾਂ ਨੂੰ ਪਾਲ ਲਿਆ ਬਾਪੂ ਨੇ ਹਨਾ ਤੁਸੀਂ ਵੀ ਥੋੜਾ ਜਿਹਾ ਹੋਰ ਮੈਂ ਨਹੀਂ ਤੁਹਾਨੂੰ ਮਾੜਾ ਨਹੀਂ ਕਹਿੰਦਾ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਵੀ ਤੁਸੀਂ ਗਲਤ ਕੀਤਾ ਕੋਈ ਸੌਰੀ ਬਸ ਬੇਨਤੀ ਆ ਥੋੜਾ ਹੋਰ ਧਿਆਨ ਦਿਓ ਬਜ਼ੁਰਗ ਆ ਤੁਹਾਡੇ ਹਨਾ ਤੁਹਾਡੀ ਵਿਰਾਸਤ ਆ ਹਨਾ ਤੁਹਾਡਾ ਬੱਚਿਆਂ ਨੇ ਤੁਹਾਡੇ ਨੇ ਅਸੀਂ ਕੋਲੀ ਰੱਖਾਂਗੇ ਬਾਹਰ ਨਿਕਲਣ ਨਹੀਂ ਦੇਣਾ ਖਿਆਲ ਰੱਖੋ ਵੀ ਇਸ ਤਨ ਇਹ ਕਿ ਨਾ ਬਿਨਾਂ ਦੱਸੇ ਜਾ ਨਾ ਘਰੋਂ ਨਾ ਜਾ ਸਾਨੂੰ ਦੱਸ ਦੇ ਤਾਂ ਕੋਈ ਦੁੱਖ ਤਕਲੀਫ ਆ ਤੂੰ ਜਾ ਨਾ ਨਾ ਬਾਪੂ ਨਾ ਬਾਪੂ ਨਾ ਮੈਨੂੰ ਤਾਂ ਐਂ ਲੱਗਿਆ ਜਿਵੇਂ ਮੇਰਾ ਪਿਓ ਬੈਠਾ ਹੁੰਦਾ ਮੇਰੇ ਬਾਪੂ ਦਾ ਨਾਂ ਜਗਿੰਦਰ ਸਿੰਘ ਸੀ ਬਾਪੂ ਦਾ ਨਾਂ ਭੁਪਿੰਦਰ ਸਿੰਘ ਸੀ ਹਨਾ ਮੰਮੀ ਦੇ ਦੰਦਾ ਸੇਮ ਨਾਂ ਹੀ ਭੁਪਿੰਦਰ ਮੰਮੀ ਭੁਪਿੰਦਰ ਕੌਰ ਆ ਇਹਨਾਂ ਭੁਪਿੰਦਰ ਸਿੰਘ ਆ ਭੁਪਿੰਦਰ ਸਿੰਘ ਆ ਮੇਰੇ ਬਾਪੂ ਬਾਪੂ ਖੁਸ਼ ਰਹਿ ਘਰੇ ਰਹਿ ਤਕੜਾ ਰਹਿ ਫਿਕਰ ਨਾ ਕਰ ਤੇਰੇ ਪੁੱਤ ਤੈਨੂੰ ਮਗਰ ਆਏ ਭੱਜੇ ਹਨਾ ਤੈਨੂੰ ਲੈਣ ਸਭ ਕੁਝ ਬਣਾਇਆ ਤਾਂ ਇਹਨਾਂ ਨੂੰ ਘਰ ਬਾਰ ਸਾਰਾ ਬਣਾ ਕੇ ਦਿੱਤਾ ਕਿਹੜੀ ਚੀਜ਼ ਦੀ ਕਮੀ ਤਾਂ ਤੂੰ ਫੇਰ ਇਹ ਗੱਲ ਤਾਂ ਹੈ ਨਾ ਬਾਈ ਇਸ ਗੱਲ ਤੇ ਅਸੀਂ ਨਹੀਂ ਤੁਹਾਨੂੰ ਪੜ੍ਹਾਇਆ ਲਿਖਾਇਆ ਇੱਕ ਮਕਾਨ ਦੋ ਮਕਾਨ ਬਣਾਏ ਹੋਏ ਨੇ ਥੋੜੇ ਅਸੀਂ ਇਹ ਕਹਿੰਦੇ ਤੂੰ ਜਾ ਨਾ ਸਾਨੂੰ ਦੱਸ ਦੇ ਤੈਨੂੰ ਕੋਈ ਪ੍ਰੋਬਲਮ ਆ ਹੁਣ ਉੱਤੇ ਲੈਟਰਿੰਗ ਕਰਦੇ ਬਾਥਰੂਮ ਕਰਦੇ ਜਾਂ ਕੱਪੜੇ ਹੁਣ ਕਿਰਾਏਦਾਰ ਥੱਲੇ ਲੇਡੀਜ਼ ਰਹਿੰਦੇ ਜੀ ਚੰਗਾ ਥੋੜਾ ਲੱਗਦਾ ਨੰਗਾ ਫਿਰੂਗਾ ਜੀ ਨਹੀਂ ਪਰ ਉਹ ਇਹਦੇ ਬਸ ਦੀ ਗੱਲ ਨਹੀਂ ਬਸ ਦੀ ਅਸੀਂ ਵੀ ਕਹਿੰਦੇ ਇਹ ਬਸ ਦੀ ਗੱਲ ਉਹ ਇਹਦੇ ਬਸ ਦੀ ਗੱਲ ਨਹੀਂ ਉਹ ਇਹਨੂੰ ਪਤਾ ਨਹੀਂ ਲੱਗਦਾ ਹਾਂਜੀ ਦੇਖੋ ਕੱਲ ਚੌਂਕ ਦੇ ਵਿੱਚ ਸੜਕ ਦੇ ਵਿੱਚ ਵੀ ਲਾਹ ਤੇ ਚਲੋ ਕੱਲਾ ਜੇ ਤੁਹਾਡੇ ਨਾਲ ਹੀ ਕਰੇ ਫਿਰ ਤਾਂ ਆਪਾਂ ਮੰਨੀਏ ਹਾਂਜੀ ਹਾਂਜੀ ਹਨਾ ਨਹੀਂ ਪਤਾ ਲੱਗਦਾ ਉਹ ਤੁਹਾਨੂੰ ਹੁਣ ਥੋੜਾ ਜਿਹਾ ਪੜਦਾ ਰੱਖਣਾ ਪੈਣਾ ਹੈ ਤੁਹਾਨੂੰ ਪੜਦਾ ਪਾਉਣਾ ਪੈਣਾ ਪਿਓ ਆ ਤੁਹਾਡਾ ਕਮੀਆਂ ਤਾਂ ਸਾਰਿਆਂ 'ਚ ਹੀ ਹੈ ਬਾਈ ਕਮੀਆਂ ਤਾਂ ਤੁਹਾਡੇ 'ਚ ਵੀ ਆ ਅੱਗੇ ਤਾਂ ਤੂੰ ਵੀ ਲਾ ਲੈਂਦਾ ਪਰ ਇਹਨੂੰ
ਥੋੜਾ ਜਿਹਾ ਤੁਸੀਂ ਪਿਆਰ ਦਿਓ ਬਾਪੂ ਦਾ, ਧਿਆਨ ਰੱਖੋ ਇਹਦਾ, ਹਨਾ ਬਾਪੂ ਪੂਰਾ ਖਿਆਲ ਰੱਖਾਂਗੇ ਜੀ ਇਹਦਾ। ਦਿਮਾਗੀ ਹਾਲਤ ਠੀਕ ਹੋ ਜਾਊਗਾ, ਦਵਾਈ ਨਾ ਬੰਦ ਕਰਿਓ। ਦਵਾਈ ਕਿੰਨੇ ਦਿਨ ਬਾਅਦ ਮਿਲਣੀ? ਦਵਾਈ ਨੂੰ ਅਸੀਂ ਹੁਣ 15 ਦਿਨ ਦੇ ਕੇ ਭੇਜਾਂਗੇ, ਹਨਾ। ਦਵਾਈ ਚੈੱਕਅਪ ਹੋ ਗਿਆ ਸੀ ਨਾ ਬਾਪੂ ਦਾ, ਜਸਵਿੰਦਰ ਕੌਰ ਮੈਡਮ ਦੇਖ ਲਿਆ ਸੀ, ਅਤੇ ਬਸ ਤੁਸੀਂ ਇੰਨਾ ਖਿਆਲ ਰੱਖੋ ਇਹਨਾਂ ਦਾ ਵੀ 15 ਦਿਨਾਂ ਬਾਅਦ ਦਵਾਈ ਲੈ ਕੇ ਜਾਣੀ ਹੈ, ਫਿਰ ਉਦੋਂ ਬਾਅਦ ਮਹੀਨੇ ਮਹੀਨੇ ਦੀ ਦਵਾਈ। ਨਹੀਂ 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 ਇਹਨਾਂ ਨੂੰ ਨਾਲ ਲਿਆਉਣਾ, ਹਾਂ ਚੈੱਕਅਪ ਹੋ ਕੇ ਡਾਕਟਰ ਦੇਖ ਕੇ ਦਵਾਈ ਦੇਣਗੇ ਨਾ। ਠੀਕ, ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਕਈ ਵਾਰੀ ਪਤਾ ਨਹੀਂ ਕਦੋਂ ਕਿਹਦੀ ਜ਼ਿੰਦਗੀ ਦੇ ਵਿੱਚ ਕਿੱਦਾਂ ਦਾ ਰੋਲ ਅਦਾ ਕਰ ਦਿੰਦੀਆਂ। ਹੁਣ ਤੁਹਾਡੀ ਕਿਸੇ ਦੀ ਸ਼ੇਅਰ ਕੀਤੀ ਵੀਡੀਓ ਇਹਨਾਂ ਤੱਕ ਪਹੁੰਚੀ, ਇਹਨਾਂ ਨੇ ਉਹ ਵੀਡੀਓ ਦੇਖੀ ਵੀ ਸਾਡਾ ਬਾਪੂ ਮਨੁੱਖਤਾ ਦੀ ਸੇਵਾ ਜਾ ਪਹੁੰਚਿਆ ਅਤੇ ਲੈਣ ਆ ਗਏ, ਅਤੇ ਨਹੀਂ ਤਾਂ ਸਾਡੇ ਸੁਪਨਿਆਂ ਦੇ ਘਰ 'ਚ ਇੰਨੇ ਬਾਪੂ ਨੇ, 100 ਦੇ ਕਰੀਬ ਇਸ ਤਰ੍ਹਾਂ ਦੇ ਮੈਂਬਰ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਉਹ ਕੌਣ ਨੇ। ਉਹਨਾਂ ਦਾ ਅੱਗੇ ਪਿੱਛੇ ਕੋਈ ਆ ਹੀ ਨਹੀਂ ਰਿਹਾ ਮਿਲਣ, ਕੋਈ ਦੱਸਣ ਵਾਲਾ ਹੀ ਨਹੀਂ ਹੈਗਾ ਵੀ ਇਹ ਸਾਡਾ ਵਾ। ਅਤੇ ਪਰ ਧੰਨਵਾਦ ਕਰਦੇ ਹਾਂ ਵੀ ਇਹ ਬਾਈ ਹੁਣੀ ਤੁਰੰਤ ਭੱਜੇ ਆਏ ਜਦੋਂ ਇਹਨਾਂ ਨੇ ਵੀਡੀਓ ਦੇਖੀ, ਅਤੇ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਵੀ ਤੁਸੀਂ ਵੀਡੀਓ ਨੂੰ ਸ਼ੇਅਰ ਕੀਤਾ, ਉਹ ਸ਼ੇਅਰ ਕੀਤੀ ਵੀਡੀਓ ਅੱਗੇ ਸਰਦਾਰ ਭੁਪਿੰਦਰ ਸਿੰਘ ਦੇ ਪਰਿਵਾਰ ਤੱਕ ਪਹੁੰਚੀ। ਅਤੇ ਬਾਪੂ ਭੁਪਿੰਦਰ ਸਿੰਘ ਜੀ ਨੂੰ 15 ਤਰੀਕ ਨੂੰ ਲੈ ਕੇ ਆਏ ਸੀਗੇ, ਅਤੇ ਅੱਜ 16 ਤਰੀਕ ਆ ਜੀ, ਇੱਕ ਦਿਨ ਹੀ ਮਤਲਬ 24 ਘੰਟਿਆਂ ਵਿੱਚ ਹੀ ਬਾਪੂ ਜੀ ਆਪਣੇ ਪਰਿਵਾਰ ਦੇ ਵਿੱਚ ਘਰ ਚੱਲੇ ਨੇ, ਲੁਧਿਆਣੇ ਰਹਿੰਦੇ ਨੇ। ਇਹਨਾਂ ਦਾ ਵੱਡਾ ਬੇਟਾ ਗੁਰਦੀਪ ਸਿੰਘ ਅਤੇ ਹਰਪ੍ਰੀਤ ਕੌਰ ਇਹਨਾਂ ਦੇ ਮਾਤ ਨੂੰ, ਅਤੇ ਇਹਨਾਂ ਦਾ ਪੋਤਾ ਗੁਰਵਿੰਦਰ ਸਿੰਘ ਬਾਪੂ ਨੂੰ ਲੈਣ ਆਏ ਨੇ। ਕਰਿਓ ਅਰਦਾਸ ਬਾਪੂ ਭੁਪਿੰਦਰ ਸਿੰਘ ਜੀ ਦੇ ਆਉਣ ਵਾਲੇ ਜੀਵਨ ਵਾਸਤੇ, ਮਹਾਰਾਜ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ, ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।